ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਤਿਆਰੀ ਹੈ ਜੀ ਆਪਣੀ ਚੱਲਿਆ ਸਹੋਲੀ ਨੂੰ ਪ੍ਰੈਸ਼ਰ ਲੱਦ ਲਿਆ ਤੁਸੀਂ ਪਿਛਲੇ ਵਲੌਗ 'ਚ ਦੇਖਿਆ ਤਾਂ ਵੀ ਆਪਾਂ ਪ੍ਰੈਸ਼ਰ ਲੈ ਕੇ ਜਿਹੜੇ ਸਹੋਲੀ ਜਾਣਾ ਹੈ ਅੱਜ ਆਪਾਂ ਵੀਡੀਓ ਦੇ ਵਿੱਚ ਦੋ ਤਿੰਨ ਚੀਜ਼ਾਂ ਕਵਰ ਕਰਾਂਗੇ ਇੱਕ ਤਾਂ ਸ਼ਾਇਦ ਆਪਾਂ ਜਗਜੀਤ ਰੀਪਰ ਦੀ ਨਾ ਬਾਸਕਟ ਲੈ ਕੇ ਆਉਣੀ ਹੈ ਬਾਸਕਟ ਇਹਦੀ ਜਿਹੜੀ ਫਿਲਹਾਲ ਪਈ ਵੀ ਹੈ 46 ਸਦੀਆਂ ਵਾਲੀ ਹੈ ਮੈਨੂੰ ਕਮੈਂਟ ਵੀ ਆਇਆ ਕੋਈ ਕਹਿੰਦਾ 38 ਵਾਲੀ ਪਾਇਓ ਬਾਈ ਕੋਈ ਕਹਿੰਦਾ ਅਸੀਂ 40 ਵਾਲੀ ਪਾਇਓ ਅੱਜ ਸਹੋਲੀ ਚੱਲੇ ਹਾਂ ਸਹੋਲੀ ਤੋਂ ਅੱਗੇ ਗੱਡੀ ਲੈ ਕੇ ਫਿਰ ਅਸੀਂ ਜਗਜੀਤ ਵਾਲਿਆਂ ਦੇ ਉੱਥੇ ਜਾਵਾਂਗੇ ਹੈ ਚੀਮਾ ਮੰਡੀ ਸਰੋਂ ਚੀਮਾ ਮੰਡੀ ਹੈ ਨਾ ਉੱਥੇ ਜਾ ਕੇ ਦੇਖਾਂਗੇ ਵੀ ਕਿਹੜੀ ਬਾਸਕਟ ਆ ਜਿਹੜੀ ਲੋਟ ਰਹਿੰਦੀ ਹੈ ਇਹ 12 ਬੂਰਾਂ ਲੱਗਦੀਆਂ ਵੀ ਦਿਖਾਵਾਂਗੇ ਉੱਥੇ ਹੈ ਨਾ ਵੀ 12 ਕਿਸ ਤਰੀਕੇ ਨਾਲ ਬੈਲੈਂਸ ਵਗੈਰਾ 12 ਹੈ ਨਾ ਵੀ ਕਿੰਨੀ ਕੁ ਕਨੈਰੀ ਦਾ ਫਰਕ ਹੈ ਵੀ ਆਹ ਚੀਜ਼ ਘੱਸ ਜਾਂਦੀ ਹੈ ਨਾ ਮਤਲਬ ਜਿਹਨੇ ਮੱਖੀ ਮੁੱਖੀ ਘੋੜਨੀ ਹੁੰਦੀ ਆ ਠੀਕ ਹੈ ਚੱਲਦੇ ਹਾਂ ਫਿਰ ਕਰਦੇ ਹਾਂ ਟਰੈਕਟਰ ਹੈ ਨਾ ਉਸ ਤੋਂ ਬਾਅਦ ਨਾਲ ਸੁਖਪ੍ਰੀਤ ਸਿੰਘ ਢਿੱਲੋਂ ਸਾਹਿਬ ਜਾ ਰਹੇ ਨੇ ਲੈਣਦਾਰ ਬੰਦਾ ਪੈਸੇ ਪੂਏ ਚੱਕ ਲਏ ਫਿਰ ਕੀ ਪਾਰਟੀ ਕਰੇਂਗੇ ਫਿਰ ਅੱਜ ਖਾਲੀ ਤੂੰ ਕਿਆ ਖਾਣਾ ਹੈ ਅੱਜ ਸੱਤ ਪਾਣੀ ਵਾਲੇ ਗੋਲ ਗੱਪੇ ਖਾਉਂਗਾ ਚਲ ਅੱਜ ਪਾਸੋਂ ਉਹੀ ਗੋਲ ਗੱਪੇ ਖਾ ਕੇ ਆਵਾਂਗੇ ਜਿਹੜੇ ਹਨਾ ਬਾਬਾ ਖਾ ਕੇ ਜਾਂਦਾ ਹੁੰਦਾ ਉਹਦਾ ਤੋਂ ਜਿਹੜਾ ਹਾਂ ਗੋਲ ਗੱਪੇ ਬੰਦੇ ਨੇ ਬਣਾਉਂਦਾ ਵੀ ਬਹੁਤ ਰੀਜਨਲ ਹਾਂ ਉਹੀ ਤਾਂ ਨਹੀਂ ਜਿਹੜੇ ਭਾਬੀ ਰਣਜੀਤ ਕੌਰ ਵਾਲੇ ਗੋਲ ਗੱਪੇ ਆਏ ਨੇ ਇੱਕ ਵਾਰੀ ਤੂੰ ਮੋਹਾਲੀ ਵੀ ਖਾਦੇ ਤੇ ਗੋਲ ਗੱਪੇ ਵੀ ਖਾਦੇ ਤੇ ਮਸ਼ੀਨਾਂ ਦੋਏ ਆਪਣਾ ਇੱਕ ਇੱਕ ਟਾਇਰ ਪਰ ਖੜੀਆਂ ਨੇ ਉਹਦਾ ਕੰਮ ਘੱਟ ਹੋਇਆ ਸੀ ਕੱਲ ਕਿਉਂਕਿ ਥੋੜਾ ਜਿਹਾ ਕੰਮ ਜਿਹਾ ਸੀ ਅੱਜ ਭਾਗਾ ਚਾਚਾ ਤੇ ਡੀਪਾ ਚਾਚਾ ਛੁੱਟੀ ਤੇ ਨੇ ਸੋਨੀ ਬਾਈ ਆਊਗਾ ਜੱਸਾ ਚਾਚਾ ਤੇ ਉਹ ਥੋੜਾ ਬਹੁਤਾ ਕੰਮ ਕਰ ਲੈਣਗੇ ਜਾਣਾ ਸੋਨੀ ਨੇ ਤਾਂ ਵੈਸੇ ਨੰਬਰ ਇਹ ਲਵਾ ਗਿਆ ਅੱਜ ਬੜਾ ਸਕੀਮੀ ਦੇਖਿਆ ਬੰਦਾ ਇਹ ਸਵੇਰੇ ਸਵੇਰੇ ਮਤਾ ਪੁਆ ਗਿਆ ਬਾਈ ਹਾਂ ਚਲੋ ਖੈਰ ਮੋੜੀਏ ਟਰੈਕਟਰ ਮਿੱਤਰੋ ਠੰਡ ਹੋ ਗਈ ਠੰਡ ਫੇਰ ਅੱਜ ਸੂਰਜ ਦੇਵਤਾ ਜੀ ਫਿਰ ਤੋਂ ਲਾਪਤਾ ਨੇ ਪਹਿਲਾਂ ਮਹਾ ਤੇਲ ਪਵਾ ਦਿੰਦੇ ਜੀ ਪਹਿਲਾਂ ਮਹਾ ਟੈਂਕੀਆਂ ਲਾਲ ਚ ਗਿਆ ਵੀਰੇ ਕਰਦੇ ਮਿੱਤਰਾਂ 2000 ਦਾ ਖੁਸ਼ੀ ਭਰਦੇ ਟੈਂਕੀ ਫਿਰ ਪੂਰੀ ਪਹੁੰਚ ਗਏ ਸੀ ਸਹੋਲੀ ਤੇ ਲੱਗੇ ਨੇ ਤਾਰਨ ਹੁਣ ਪ੍ਰੈਸ਼ਰ ਦੋਵੇਂ ਇਕੱਠੇ ਤਾਰ ਦਿੰਦੇ ਦੂਰੀ ਕਰ ਲੈ ਦੂਰੀ ਪਟੇ ਵੀ ਜਾਨ ਬਹੁਤ ਹੁੰਦੀ ਆ ਪਹੁੰਚ ਕੇ ਸੁਨਾਮ ਟੱਪ ਕੇ ਨਾ ਅਸੀਂ ਫਤਿਹਗੜ੍ਹ ਸਾਹਿਬ ਤੋਂ ਆਏ ਤੇ ਆ ਫਿਰ ਅੱਗੇ ਤੋਂ ਗੱਡੀ ਲੈ ਆਏ ਸੀ ਉੱਥੋਂ ਫੈਂਡੀ ਕਹਿੰਦਾ ਵੀ ਅੱਗੇ ਚੱਲ ਤੁਸੀਂ ਗੱਡੀ ਲੈ ਕੇ ਜਾਇਓ ਹੁਣ ਚੱਲਦੇ ਹਾਂ ਅੰਦਰ ਬਾਸਕਟ ਦੇਖਦੇ ਹਾਂ ਨਾ ਨਾਲ ਜੇ ਰੀਪਰ ਖੜਾ ਹੋਇਆ ਰੀਪਰ ਵੀ ਦਿਖਾਵਾਂਗੇ ਉਹਦਾ ਕੀ ਫਰਕ ਫੁਰਕ ਆ ਨਵੇਂ ਮਾਡਲ ਦਾ ਪੁਰਾਣੇ ਦਾ ਕੋਸ਼ਿਸ਼ ਕਰਾਂਗੇ ਦਿਖਾਉਣ ਦੀ ਬਾਕੀ ਚੱਲਦੇ ਹਾਂ ਪਹਿਲਾਂ ਬਾਸਕਟ ਦੇਖਦੇ ਹਾਂ ਬਾਸਕਟ ਦੇ ਦਿੰਦੇ ਹਾਂ ਰੇਟ ਟੂਟਾ ਸਾਰਾ ਫਿਰ ਆਪਾਂ ਗੱਡੀ ਦੇ ਵਿੱਚ ਬੈਠ ਕੇ ਰੋਜ਼ਨਾ ਗੱਲਬਾਤ ਅੱਜ ਪਾਸ ਦੇ ਦਿਓ ਭਾਈ ਐਂਟਰ ਹੁੰਦੀ ਸਰ ਪਾਲੇ ਠੀਕ ਹੈ ਲੱਗ ਗਿਆ ਟੀਕਾ
ਜੋਗੀ ਲੱਗ ਗਿਆ ਠੀਕ ਹੈ ਵੀਰੇ ਬਦਲ ਨਹੀਂ ਗਈਆਂ ਆ ਤਾਂ ਹਜ਼ਾਰ ਵਾਲਾ ਉੱਪਰ ਹੈ 15,000 ਵਾਲਾ ਦੋ ਜਾਲ ਲੈ ਲਿਓ ਮਿੱਤਰੋ ਦੋ ਘੁੰਮ ਕੇ ਆਏ ਆ ਸਾਰਾ ਦੇਖਦੇ ਹਾਂ ਸ਼ਾਇਦ ਤੁਹਾਨੂੰ ਦਿਖਾ ਵੀ ਦਈਏ ਥੋੜਾ ਬਹੁਤਾ ਬਾਕੀ ਅੰਦਰ ਸਾਰਾ ਗੇੜਾ ਗੁੜਾ ਮਾਰਿਆ ਚੱਕਰ ਚੁੱਕਰ ਪੁੱਛੇ ਪੁਲੀਆਂ ਪਾਲੀਆਂ ਦੇ ਜਿੱਧਰ ਹਨਾ ਕਰਨੇ ਸੀ ਹੁਣ ਇਹਦੀ ਪੇਮੈਂਟ ਕਰਾ ਦਈਏ ਪਹਿਲਾਂ ਫਿਰ ਜਾਲ ਪਹਿਲਾਂ ਜਾਲ ਹੈਂਡ ਓਵਰ ਹੋ ਜਾਣ ਉਸ ਤੋਂ ਬਾਅਦ ਸਾਡੇ ਕੋਲ ਅਗਲੀ ਕਾਰਵਾਈ ਕਰਾਂਗੇ ਜਾਲ ਹੋ ਗਏ ਤਿਆਰ ਇੱਕ ਇੱਕ ਚੱਕ ਲਓ ਭਾਰੀ ਹੋਊਗਾ ਜ਼ਿਆਦਾ ਮੈਂ ਤਾਂ ਹੀ ਕਹਿ ਰਿਹਾ ਸੀ ਇਧਰਲੀ ਸਾਈਡ ਹੋ ਜਾ ਮੈਂ ਲੇਡੀ ਜੀ ਖਿੱਚਾਂ ਮੈਂ ਰੇਡੀ ਖਿੱਚੇ ਲੈਣ ਦੇ ਮੈਨੂੰ ਤੁਸੀਂ ਚੱਕ ਲਓ ਬਸ ਇਹਨੂੰ ਉੱਪਰ ਚਾਹੇ ਚੱਲ ਫਿਰ ਮੈਂ ਉਰੇ ਖੜਦਾ ਇਹਨੂੰ ਕਰਕੇ ਹਾਂਜੀ ਬੇਟਾ ਕੰਮ ਫੜ ਬਿਲ ਫਿਰ ਜਾਲ ਰੇਡੀ ਹੋ ਗਏ ਲੰਚ ਲੁੰਚ ਸਾਰਾ ਓਕੇ ਹੋ ਗਿਆ ਕੰਮ ਵਧੀਆ ਯਾਰ ਬਹੁਤ ਠੀਕ ਹੈ ਜਿਹੜੀ ਰੇਟ ਫਿਕਸ ਹੈ ਰੇਟ ਸਟਿੱਕਰ ਲੈ ਕੇ ਚੱਲੇ ਹਾਂ ਲੇਜ਼ਰ ਕਰਾ ਦੇ ਬਾਕੀ ਇਹਦੇ ਜੋ ਸਟਿੱਕਰ ਆ ਬਈ ਲੇਜ਼ਰ ਕਰਾ ਦੇ 36 ਸਰੀਆਂ ਵਾਲੇ ਆਪਾਂ ਨੇ ਦੋ ਜਾਲ ਬਣਾਏ ਪੇਂਟ ਪੂਟ ਕਰਾਉਣ ਕਰਕੇ ਟਾਈਮ ਥੋੜਾ ਜਿਹਾ ਲੱਗ ਗਿਆ ਨਹੀਂ ਤਾਂ ਆਪਣੀ ਪਹਿਲੀ ਦਾੜੀ ਹੋ ਜਾਣੀ ਉਧਰ ਹੀ ਜਾਣਾ ਹੈ ਚੱਲਾ ਲੱਗ ਜੂ ਚੱਲਾ ਦੇ ਨੂੰ ਲੱਗ ਜੂ ਚੱਲਾ ਸੜਾ ਲੱਗਣਾ ਦੋਵੇਂ ਬਸ ਕਰਨੇ ਪੈਣ ਜੇ ਆਏ ਟੇਪਰ ਕਰਦੇ ਹਾਂ ਕਰਤਾ ਪੱਕਾ ਲਾਜ ਇਹਦਾ ਹੁਣ ਨਹੀਂ ਹਿੱਲੂਗਾ ਹਨਾ ਇਹ ਬਾਸਕਟਾਂ ਲੰਬੀਆਂ ਤੇ ਐਸਲੋਟ ਆਉਂਦੀਆਂ ਨੇ ਫਿਰ ਆਪਾਂ ਨੇ ਤਾਂ ਕਰਕੇ ਇਹਦੇ ਵਿੱਚ ਰੱਖਤੀਆਂ ਅਤੇ ਬਾਕੀ ਬਾਈ ਪਿੱਛੇ ਬਹੁਤ ਬੜਾ ਪਲਾਂਟ ਹੈ ਇਹਨਾਂ ਦਾ ਸਾਰੇ ਤਰ੍ਹਾਂ ਦੀ ਕੁਛ ਵੀ ਕਿਵੇਂ ਆ ਫਿਰ ਕੰਮ ਕੁੰਮ ਮਸ਼ੀਨਾਂ ਵਾਲਾ ਠੀਕ ਆ ਬਸ ਬਾਈਆਂ ਨੇ ਟੂਲ ਨਹੀਂ ਦਿੱਤਾ ਟੂਲ ਨਹੀਂ ਦਿੱਤਾ ਟੂਲ ਤਾਂ ਅੱਜ ਥੋੜ੍ਹਾ ਜਿਹਾ ਗੋਗੀ ਨੂੰ ਚੱਕਰ ਪੈ ਗਿਆ ਅਤੇ ਅੱਧ ਸਾਹਮਣੇ ਵੀ ਕਾਫੀ ਸਟੋਕ ਖੜਾ ਇਹਨਾਂ ਦਾ ਉਹਦਾ ਆਪਣਾ ਸੁਪਰ ਸੀਡਰ ਦਾ ਆਈ ਕਾਰਡ ਜੇ ਦੇ ਦੇ ਇਹਨੂੰ ਜੀ ਦੂਜੀ ਆਈ ਕਾਰਡ ਹਾਂ ਗੋਗੀ ਖੋਲ ਬਈ ਆਈ ਕਾਰਡ ਦਿਖਾਈ ਇੱਧਰ ਨੂੰ ਜੱਟ ਵਿਜ਼ਿਟਰ ਪਾਸ ਗੱਡੀ ਜੀ ਵੀ ਰੱਖੀ ਵੀ ਇਹਨਾਂ ਨੇ ਵਿਜ਼ਿਟਰ ਪਾਸ ਤੇ ਵੀ ਜਿੰਦਰ ਰੂਟ ਕਢਾਉਣਾ ਹੋਵੇ ਪਰ ਅੱਛਾ ਪਰ ਦਿੰਦੇ ਨਹੀਂ ਆਪਾਂ ਨੂੰ ਨਹੀਂ ਦਿੰਦੀ ਹੈਗੇ ਮਿੱਤਰੋ ਫਿਰ ਪਹੁੰਚ ਗਏ ਸੀ ਆਪਾਂ ਵਰਕਸ਼ਾਪ ਦੇ ਵਿੱਚ ਸੌਲੀ ਤੇ ਜਵਾਨ ਬਿੜਿਆ ਪਿਆ ਦੁਪਹਿਰ ਤੋਂ ਬਾਅਦ ਸ਼ਾਮ ਦਾ ਟਾਈਮ ਹੋ ਗਿਆ ਇੱਕ ਟ੍ਰੈਸਰ ਦੀ ਉੱਧਰ 12 ਫਿੱਟ ਹੋ ਰਹੀ ਆ ਉਹ ਤੁਹਾਨੂੰ ਦਿਖਾਉਂਦੇ ਆਪਾਂ ਜਾ ਕੇ ਤੇ ਇੱਧਰ ਆਹ ਟ੍ਰੈਸਰ ਦੀਆਂ ਬਾਹਰ ਇੱਥੇ ਰਹਿ ਗਈ ਇਹਨੂੰ ਨਹੀਂ ਪੱਟਣਾ ਇਹਨੂੰ ਐਂ ਲੱਗੀ ਰਹਿਣ ਦੇਣਾ ਹਾਲੇ ਵੀ ਆਹ ਤਵੇ ਨਾ ਹਿੱਲ ਜਾਣਾ ਹੈ ਨਾ ਠੀਕ ਆ ਠੀਕ ਆ ਅਤੇ ਆਪਾਂ ਮਾਲਵਾਦੀ ਦਾਰੂ ਆਹ ਇਹਦਾ ਕੜਾ ਕੁੜਾ ਸ਼ਾਫਟ ਨਾ ਲਿਆ ਸੀ ਮੈਂ ਉਹ ਸ਼ਾਫਟ ਉੱਧਰ ਰੱਖੀ ਪਹਿਲਾਂ ਪੂਰੀ ਕਸਾਈ ਹੋ ਗਈ ਨਟਾਂ ਦੀ ਫਿਰ ਬਾਕੀ ਟਾਂਕੇ ਲਾ ਦੇਣੇ ਆ ਇਹਨੂੰ ਥੱਲੇ ਕਾਸੇ ਉੱਪਰ ਰੱਖ ਕੇ ਚਲਾ ਕੇ ਵੀ ਦੇਖਣਾ ਇਹਨੂੰ ਵੀ ਕੋਈ ਉੱਪਰ ਥੱਲੇ ਵੀ ਨਾ ਹੋਵੇ ਅੱਛਾ ਉਹਦੇ ਉਹਦੇ ਦੇ ਨਾਲ ਮਿਲ ਕੇ ਮਿਲਾ ਕੇ ਸਾਰੀ ਮਿਲ ਜਾਏਗੀ ਤਾਂ ਠੀਕ ਹੈ ਠੀਕ ਹੈ ਵੀ ਇਹਦੇ ਨਾਲ ਜਿਹੜੀ ਕੋਈ ਖਾਊਗੀ ਤਾਂ ਫਿਰ ਉਹਦਾ ਚੋਟ ਮਾਰੀ ਜਾ ਗਈ ਜਾਂ ਸੱਟ ਮਾਰੀ ਇਹਦੀ ਆਹੀ ਕਿਨਾਰੀ ਮੇਨ ਹੁੰਦੀ ਆ ਸਾਰੀ ਮੇਨ ਹੋ ਇੱਕ ਕਿਲੋ ਜਿਹੜੀ ਇੱਥੇ ਤੋਂ ਜ਼ਿਆਦਾ ਵੱਲ ਭੁਰਨੀ ਆ ਇਹਦੀਆਂ 12 ਲੰਬੀਆਂ ਪੈਂਦੀਆਂ ਨੇ ਜੀ 53 ਇੰਚੀ ਆਮ ਜਿਹੜੀ 51 ਇੰਚੀ ਹੁੰਦੀ ਆ ਉਹਦੇ 'ਚ ਕਿੱਡੀ ਵਾਰ ਪੈਂਦੀ ਆ ਫਿਰ 50 ਇੰਚ ਦੀ ਪੈਂਦੀ ਆ 3 ਇੰਚ ਬੜੀ ਵਾਰ ਆ ਫਿਰ ਹੈ ਨਾ 51 ਇੰਚੀ ਹੋ ਰਹੀ ਆ ਹਲੇ ਬੈਠੀ ਟ੍ਰੈਸਰ ਰੈਡੀ ਹੋ ਗਿਆ ਉਹਦਾ ਦਿਖਾਉਂਦੇ ਆ ਮਿਗ ਬਿਲਡਿੰਗ ਕਹਿੰਦੇ ਆ ਇਹਦੇ ਵੀ ਬੜਾ ਧਿਆਨ ਵਾਲਾ ਕੰਮ ਤੇ ਇੱਧਰ ਹੋ ਰਿਹਾ ਬੈਲੈਂਸ ਚੱਕ ਦੋ ਫਟੇ ਕਰ ਦੋ ਬਿਲਡਿੰਗ ਸਾਰੀ ਮੈਗੀ ਜਿੰਨੀ ਵੀ ਆਹੀ ਬਿਲਡਿੰਗ ਕਰਦੇ ਆ ਨਾ ਸਾਰੀ
बैलेंस की। हाँ बैलेंस की। अगर ऊपर की हो जाए ना जितनी नीचे तो लग जावे तो हो जाता है, फिर तो रुक जाती है। हाँ फिर नहीं पटती है। ठीक है ठीक है। अगर ये नीचे से ना मारे फिर जिन्हें हो टुकड़ियों तो जितने मर्जी रख दिए कोई चक्कर नहीं, चाहिए यहाँ पे रख दिए। ये रख दिए नहीं, जिधर बैलेंस होएगा रखी तो उधर ही जाएगी। अच्छा नहीं, जैसे वो उस तवे पे रख दिया जी, यहाँ पे रख सकते थे इसको, यहाँ पे भी रख सकते। हाँ, एक ये रखी है, एक ये रखी है। अच्छा ठीक है ठीक है। दोनों पहले रखी, उधर रखी हुई है पहला, वो पहले रखी हुई है। ठीक है ठीक है। और इसको नाले लो जगत जी तरह के गए बास्कट लेंजे उन्होंने सिकर ले, पर इतने टूल पड़ा के किनारी अड़ गई थी, ढक्कन नहीं था, ढक्कन लेना था। हूँ इतों कटवाया बी आ प्लाजमा से कटिंग हुई है जी ऐसे। तो आज जगत जी तरीफर दे आपने ना घर तो मैं फोन करा के सोनी नहीं करे, तो मैं उन्होंने तो फिर सैज सूज ले लिया था एज तरह चिड़ी बेल्ट हो जानी है इन्हें, मतलब एक जगत जी का लोगो नहीं है, बाकी टूल सैज एन प्रोपर प्रोपर कटवा लिया काफी हो गया अपने दो फ्रेशर तैयार हो गए, बड़ा ध्यान से रख के कम आ गए। अगर जरूरत पड़ा पंजाब से